हेलो, अस्सलाम वालेकुम जी। वालेकुम सलाम जी। सज्जाद साहब गल कर रहे हो? हाँ जी सज्जाद साहब, राणा एजाज गल कर रहे हैं। अच्छा करो जी। भाई जान फैसलाबाद गल कर रहे हैं। करी जाओ जनाब, करो। भाई जान गल आ के एक कफन सवाना है जी। कफन? जी जी। तुसी दर्दियां दा काम करदे ना जी? हाँ जी, लेकिन मैं कफन कुफन नहीं सीना पाई। नहीं ओदे ते ए है जी, ओ जिहड़ा बंदा आ ओ इत्थे इस टाइम ना दर्जी कोई नहीं सी नेड़े लब्भण डिया। असी असल च ना बैठे आ बहुत दूर। ठीक है। एक फैक्टरी आ। अच्छा जी। ओ च कम करन डए आ ते इत्थे एक फौतगी हो गई है, तो दोस्त सी उहनां ने तुहाडा नंबर ता कहिंदा जी दर्जियां दा काम करदे आ। हांजी। उहनां ने मैनूं इह वी दस्सिया कि जिहड़े साडे बंदे फौत होए ने ना जी, ओ कद काट ते हैगे आ तुहाडे जिहड़े। ते तुसी इदां करो, ओ सी के ना ते जी पा के अच्छे तरीके नाल। हां हां। यार दोस्त नु कहियो तस्वीर एक खिच के ना सानू व्हाट्सएप करो, पहले देखिए के वो साइज ठीक है। ठीक है। ते रूं ले लेना जरा नक ते। अच्छा जी। माशाल्लाह अल्लाह तुहाडी खैर जिंदगी करे। मैं सूट सीना, पेंट कोट सीना, कफन मैं भाजी करी ना सीता ना, मेनू तजर्बा। दूसरी गल है, अगर तुहानू मजबूरी है के भी वाकई सवाना ही है। हां जी मैं सी देंगा, लेकिन अगो जेडी तुसी मेनू हरकत दस रहे ना कि मैं पा के तुहानू व्हाट्सएप तस्वीर करा पसंद करावा। नहीं भाई ना, वो नक च रूं भी। हां जी नक च रूं भी दवा। ते जिहड़ा मुश्कपूर पाए जरा वो भी ला लवा। हां जी। ते भाजी फिर कबर च भी मैं ही पै जांगा, एवं इन्नी क तकलीफ वास्ते तुसी अपने मुर्दे नू अज़ियत देनी। पिछे रह के जाना पाए? नहीं पाए नू, तुसी बंदा आ जाएगा तुहाडे कोल लैण, वो असी उहनू चाढ़ दिंदे इत्थों हुणे ही बस ते। तुसी सी के ना जबरदस्त तस्वीर सानू व्हाट्सएप करो इक भैन। नहीं भाजी, जिहड़ा बंदा तुसी चाढ़ना ना बस ते। हां जी। ਉਹਨੂੰ ਪਹੁੰਚ ਲੈਣ ਦਿਓ, ਰਸਤੇ ਚ ਉਹ ਵੀ ਨਾ ਐਕਸੀਡੈਂਟ ਨਾ ਮਰ ਜਾਏ, ਫਿਰ ਦੋ ਮੈਂ ਇਕੱਠੇ ਸੀ ਲਾਂਗਾ ਜੇ ਇੱਦਾਂ ਦਾ ਕੁਝ ਹੋ ਗਿਆ। ਭਾਈ ਕੱਪੜਾ ਤੁਹਾਡਾ ਕੱਪੜਾ ਤੁਸੀਂ ਲੈ ਲੈਣਾ, ਕੱਪੜੇ ਦੇ ਅਸੀਂ ਪੈਸੇ ਦੇ ਦਿਆਂਗੇ। ਭਾਜਨ ਮੈਂ ਸਮਝ ਗਿਆ, ਸਿਰਫ ਲਾਸ਼ ਤੁਹਾਡੀ ਹੈ ਬਸ, ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਸਿਰਫ ਲਾਸ਼ ਤੁਹਾਡੀ ਤੇ ਬਾਕੀ ਸਾਰਾ ਕੁਝ ਮੇਰਾ। ਤੁਸੀਂ ਭਾਜਨ ਇੱਦਾਂ ਕਰੋ, ਤੁਸੀਂ ਇੱਦਾਂ ਕਰੋ, ਮੈਂ ਤੁਹਾਨੂੰ ਈਜ਼ੀ ਪੈਸਾ ਕਰਾਉਣਾ ਇੱਥੋਂ 1000 ਰੁਪਿਆ, ਮੈਂ ਆਪਣੇ ਭਰਾ ਲਈ ਆਸਾਨੀ ਪੈਦਾ ਕਰ ਦਿੰਦਾ ਨਾ। ਹਾਂਜੀ ਮੈਂ ਕਫਨ ਸੀਨਾ ਪਾ ਕੇ ਮੋਟਰਸਾਈਕਲ ਦੇ ਭਰਾ ਦੇ ਕੋਲ ਆ ਜਾਂਦਾ। हां पेट्रोल ਦੇ ਪੈਸੇ ਤੁਸੀਂ ਸਾਡੇ ਕੋਲ ਲੈਣੇ ਆ। ਹਾਂਜੀ। ਸ਼ੇਖੂਪੁਰਾ ਰੋਡ ਤੇ ਨਾ ਤੁਸੀਂ ਫੈਸਲਾਬਾਦ ਜਿਵੇਂ ਉਧਰੋਂ ਆਉਣਾ ਨਾ ਜੀ। ਹਾਂਜੀ। ਜਿਵੇਂ ਖੋੜਿਆਂ ਦਾ ਲੰਘ ਜਾਣਾ ਅੱਗੇ ਤੁਸੀਂ। ਹਾਂਜੀ। ਅੱਗੇ ਆ ਕੇ ਤੁਸੀਂ ਮੈਨੂੰ ਫੋਨ ਕਰਨਾ। ਤੇ ਭਾਜੜਾ ਰਸਤੇ ਦੇ ਵਿੱਚ ਪਤਾ ਕੀ ਸਾਡੇ ਪਿੰਡੂ ਜੇ ਲੋਕ ਨੇ। ਹਾਂਜੀ। ਉਹ ਮੈਨੂੰ ਕਫਨ ਜੇ ਦੇਖਣ ਲੈਣੇ ਖਾ ਪਾ ਦੇਣ ਕੇ ਪਤਾ ਨਹੀਂ ਕਿਹਦੀ ਲਾਸ਼ ਖੁੱਲ ਗਈ। ਭਾਜਣ ਤੁਸੀਂ ਉੱਤੋਂ ਵਾਸਕਟ ਪਾ ਲੈਣਾ ਕਫਨ ਦੇ ਉੱਤੋਂ। ਹਾਂ ਵੇਖਿਆ ਨਾ, ਸਾਫਾ ਬੰਨ ਲੈਣਾ ਅੱਛੇ ਤਰੀਕੇ ਨਾਲ। ਇਹੀ ਮੈਂ ਗੱਲ ਕੀਤੀ ਸੀ ਭਾਜਣ ਕਿ ਅਰਬੀ ਦਾ ਅਰਬੀ ਤੇ ਲਾਸ਼ ਦੀ ਲਾਸ਼, ਜਿੱਥੇ ਖਤਰਾ ਮਹਿਸੂਸ ਹੋਵੇ ਅਰਬੀ ਬੋਲਣੀ ਸ਼ੁਰੂ ਕਰ ਦਿਓ, ਤੇ ਜਿੱਥੇ ਦੇਖੋ ਗਾਹਕ ਆ ਉੱਥੇ ਕਹਿ ਦਿਓ ਕਿ ਭਾਜੀ ਆ ਕਫਨ। ਉਹ ਯਾਰ ਮੇਰੀ ਗੱਲ ਸੁਣ ਲਾ, ਇਸ ਟਾਈਮ ਸਾਨੂੰ ਬੰਦਾ ਕੋਈ ਨਹੀਂ ਲੱਭਣਾ, ਤੇ ਮੈਂ ਮੁੰਡੇ ਨੂੰ ਭੇਜਦਾ ਵੈਗਨ ਲੈਣ, ਉਹ ਵੈਗਨ ਲੈ ਕੇ ਆਉਂਦਾ ਤੇ ਅਸੀਂ ਲਾਸ਼ ਲੈ ਕੇ ਤੇਰੇ ਨਾਲ ਆ ਰਹੇ ਆ ਘਰ, ਤੇ ਪੱਕਾ ਕੀ ਆ ਫਰਸ਼? ਨਹੀਂ ਨਹੀਂ ਮਤਲਬ ਹਾਂਡੀ ਕੀ ਪੱਕੀ ਹੈ? ਹਾਂਡੀ ਆਹੀ ਲੈ ਆ, ਪਕਾ ਲੈਨੇ ਆ। ਮੈਂ ਨਾ ਲਾਸ਼ ਲੈ ਕੇ ਆ ਰਿਹਾ ਤੁਹਾਡੇ ਕੋਲ, ਤੁਹਾਡੇ ਘਰ 2 ਘੰਟੇ ਇੱਥੇ ਬਵਾਂਗੇ, ਤੇ ਰੋਟੀ ਰੁਟੀ ਕੋਈ ਚੰਗੀ ਜੀ ਪਕਾ ਲਓ, ਤੇ ਸਮਾ ਕੇ ਨਾ ਇੱਥੋਂ ਮਤਲਬ ਕਿ ਵੈਲ ਡਰੈਸ ਕਰਕੇ ਲੈ ਕੇ ਆਵਾਂਗੇ। ਤਾਬੇਦਾਰ ਭਰਾਵਾ ਕਿੰਨੇ ਬੰਦਿਆਂ ਨੇ ਆਉਣਾ? 4 ਬੰਦਿਆਂ ਨੇ। ਲਾਸ਼ ਪਾ ਕੇ ਕੱਢ ਕੇ? ਨਹੀਂ ਨਹੀਂ ਉਹਦੇ ਸਮੇਤ 4 ਬੰਦੇ। ਅੱਛਾ, 2-2 ਰੋਟੀਆਂ ਤੁਹਾਡੀਆਂ ਤੇ ਲਾਸ਼ ਦੀਆਂ ਕਿੰਨੀਆਂ? ਨਹੀਂ ਨਹੀਂ ਉਹਦੀਆਂ ਚੁੱਕੀਆਂ ਜਾ ਰਿਜ਼ਕ ਉਹਦਾ। ਅੱਛਾ, ਉਹਦੇ ਸਦੀਆਂ ਵੀ ਤੂੰ ਖਾ ਲਈ ਮਰੇ, ਜਿੱਡਾ ਤੈਨੂੰ ਪਿਆਰ ਆ, ਜਿੱਡੀ ਤੂੰ ਨਾਲ ਰੱਖੀ ਆ। ਇਹ ਕੋ ਮਰ ਜਾਵੇ ਨਾ ਧੀ ਪੁੱਤ ਕੋ ਪਿਓ ਭਰਾ ਤੇ ਦਫਨਾਈਦਾ ਹੁੰਦਾ, ਤੂੰ ਨਾਲ ਬੰਨ ਲਿਆ ਆਪਣੇ। ਲੈ ਕੇ ਆ ਰਿਹਾ ਜੀ, ਮੈਂ ਲੈ ਕੇ ਆ ਰਿਹਾ ਬਸ 2 ਘੰਟੇ ਤੁਹਾਡੇ ਕੋਲ। ਮੇਰੇ ਵੱਲ ਲੈ ਕੇ ਆਈ ਉਹ ਲਾਸ਼, ਉਹ ਤੈਨੂੰ ਮੈਂ ਤੈਨੂੰ ਦਫਾ ਹੋ ਕੇ ਦੇ, ਕਿੱਥੋਂ ਆ ਗਿਆ ਤੂੰ? ਲੈ ਮੈਂ ਲਾਸ਼ ਲੈ ਕੇ ਤੇਰੇ ਵੱਲ ਆ ਰਿਹਾ, ਏਦਾਂ ਤੂੰ ਬਸ ਮੈਂ ਮਠਿਆਈ ਦਾ ਡੱਬਾ ਨਾ ਜਿਹੜਾ ਲੈ ਕੇ ਆ ਰਿਹਾ ਮੇਰੇ ਵੱਲ ਸਿਕਿਰਦੀ ਕਰਨ ਲਈ। ਬਸ ਅਸੀਂ 2-2.5 ਘੰਟੇ ਚ ਪਹੁੰਚ ਰਹੇ ਤੁਹਾਡੇ ਕੋਲ। ਗੱਡੀ ਕਿਉਂ ਆ ਨਾ ਦੁਕਾਨ ਆਪਣੀ? ਨਹੀਂ ਕਿੱਥੇ ਆ? ਇੱਥੋਂ ਮੈਂ ਛੱਡ ਦਿੱਤੀ ਆ, ਅੱਧ ਘੰਟਾ ਕੋ ਆ, ਮੈਂ ਸਕਰਦੂ ਚਲਾ ਗਿਆ। ਬਸ ਭਾਈ ਨਾ ਕਿੰਨਾ ਲਵੋ ਇਹ ਲਾਸ਼, ਇਹ ਤੇ ਦਫਨਾਓ, ਤੁਹਾਡੀ ਮਿਹਰਬਾਨੀ ਆ, ਦਫਾ ਦੂਰ ਹੋ ਜਾਓ। ਖਬਰਦਾਰ ਮੇਰੇ ਕੋਲ ਲਾਸ਼ ਲੈ ਕੇ ਆਏ ਤੇ। ਆ ਰਹੇ ਭਾਈ ਨਾ ਆ ਰਹੇ, ਆਓ ਆਓ ਦਫਾ ਆਵੋ, ਮੈਂ ਲੱਭਣਾ ਹੀ ਨਹੀਂ ਬੇਟੇ, ਮੈਂ ਦਰਦੀਆਂ ਦਾ ਕੰਮ ਹੀ ਨਹੀਂ ਕਰਦਾ, ਮੈਂ ਸਕੂਲ ਟੀਚਰ ਹਾਂ, ਮੈਂ ਬੱਚਿਆਂ ਨੂੰ ਪੜ੍ਹਾਉਣਾ, ਰਾਤ 10 ਵਜੇ ਮੈਂ ਚੱਲਾਂ ਸਕੂਲ, ਐਮਰਜੈਂਸੀ ਕਲਾਸ ਲੈਣੀ ਮੈਂ, ਐਡੀ ਲਾਸ਼ ਬਸ ਭਾਈ ਨਾ ਆਏ ਪਹੁੰਚੇ ਤੁਹਾਡੇ ਕੋਲ ਭਾਈ ਨਾ। ਓਏ ਮੇਰੇ ਵੱਲ ਨਾ ਆਈ, ਓਏ ਮੈਂ ਤੈਨੂੰ ਦੱਸਦਾ ਮੈਂ ਤੇਰੇ ਮੁੱਕੀ ਆ ਮਾਰਾਂਗਾ, ਮੈਂ ਮਹੱਲੇ ਦੇ ਕੁੱਤੇ ਪਵਾ ਦੇਣੇ ਤੈਨੂੰ, ਤੇ ਤੁਸੀਂ ਤਾਂ ਨਾਸਿਓ ਨਾ, ਤੁਹਾਡੀ ਲਾਸ਼ ਕੋਈ ਦੌੜਿਆ ਜਾਣਾ, ਲੀਰੋ ਲੀਰ ਕਰ ਦੇਣੀ ਆ ਕੁੱਤਿਆਂ ਨੇ। ਆਏ ਆਏ ਏਡਾ ਚਾਹ ਤੈਨੂੰ ਲਾਸ਼ ਨਾਲ ਟਰੈਵਲਿੰਗ ਕਰਨ ਦਾ?
दुध पत्ती मंगा के रख लेना तेरा है जी ठंड च आना है बेटे मैं कुत पत्ती मंगा के रखा मेरे को 36 सेंसी कुत्ते ने बार तू आ लैस लैके तू मेरे पिंड तू तो मेरे इलाके च बढ़ना वेखी तेरा हाल की होंगे लाल पैन बिस्कुट मंगा लेना सुपर दे थोड़ी चिप्स नाल कटा लेना तेरा गरम गरम ओए ओए फोन बंद कर दे गरम गरम चिप्स मैं अपनी घर वाली चिप्स तो लम्बे पा के कुटना तेन चिप्स कटा लेना लाश आ रही है मरे कि मतलब रिश्ता देखने आ रहे कि दिखाने आ रहे लाश वास्ते मैं चिप्स मंगा लवा लाश वास्ते मैं बिस्कुट मंगा लवा मेन तो लगता बेटे तुसी लाश जान के इसे तो कोड रखी लोगों के घरों खान पीन जिधर मर्जी लाश चुक के लै जाते रवैन पा के वो तो 8-9 दिहाड़ी ला के वापस आ जाते जी ये लाश नू भी मेरा हाल चार चपेड़ा पैनिया ने उठ पैना आए भाए ना आए 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 बस तुसी ना इथे ही रहना ते आए कोले मंगा लेना अद्धा किलो तेरा की जी कोले कोले सेकांगे रात नू मैं कोले कोले करके ना कोले मारने मुंह ते समझ आई तेन नंबर दिता किने मेरा ओए मेरी गल सुन मेरी गल सुन जे ते पुत्र गल हैगी ना सची मुची के लाश आ ते शुगल ना कर इनू दफना नहीं नहीं भाई आ रहे लैके तुहाडे कोल आ रहे भाई ओ यार मेरे को तुसी किदा के लाश मैं की करनी लाश नू भाई तुसी हालात देख के दस्सने यार मैंने चेक कर लेना ना सियाने सी चेक कर लेना जिहड़ा मर गया केड़ा मोटरसाइकिल डिग्गी पई किते स्टार्ट नहीं होंदी भी जिहड़ा मैं प्लग बदल के इनू मैं दोबारा स्टार्ट कर लेना अल्लाह माफी दे किदां दी मनहूस गल्लां करने मनहूस मूंह आ लिया कित्थों तो मैनूं फोन कर लिया खबरदार दोबारा मैनूं फोन किया मैनूं किसे होर काम करन दे तो जा के होर दर्जी लभ बस आए भाएं आए इंशाअल्लाह 2-2.5 घंटे तुहाडे कोल हां किसे भाई सही किसे ढीठ खानदान दा बच्चा मैं तूं ये पुल उत्तर दे भाएं खब्बे हत्थ ना आ पुल दे ते दही भल्ले वाला हुंदा दही भल्ले वाला जिथे पुल दे बिलकुल दरमियान चो खब्बे हत्थ उतर जाणा थल्ले इंशाअल्लाह तुसीं इक लै के आउणी आ फिर बंदियां ने चार वापस भेजणियां तुहाडे पिंड एक फ्री होंगी उन्होंने एक तीन फ्री मिलनी है पिंड वाले टेंशन ना लिया तू आए भाए आए इंशाला आए आए भाए आज इन घर ही छड़ के आना नहीं नहीं यार नहीं, नहीं। लाश नु घर छड़ आना पिछे घर भी कोई होना चाहिए भाजी चोरी चोरी हो जाए कोई बंदा आवे चलो अखा बंद होनी उन्होंने यही लगूगा भी पता नहीं सुता बंदा यार चलो कोई घर की रखवाली वास्ते भी होना चाहिए इन छड़ आना तुम आ जाना मैं थोड़े चो एक लाश कर लांगा बस पहुंचे भाए पहुंचे इंशाला पहुंचो